ਉਹ ਪਾਸ ਕੀਤਾ ਤੇ ਮੈਂ ਇਹਨਾਂ ਨੂੰ ਕਹਿਣ ਡਿਆ ਸੀ ਮੈਂ ਕਿਹਾ ਭੈਣ ਆਪਾਂ ਮੈਂ ਕਿਹਾ ਇੱਥੋਂ ਤੇਲ ਪਾਇਆ ਸੀ ਇੱਥੋਂ ਸਭੇ ਖਾਧਾ ਸੀ ਇਹ ਲਾ ਟਾਈਮ ਝੱਟ ਨਿਕਲ ਜਾਂਦਾ ਜੇ ਜੇ ਬਲੂ ਮਾਊਂਟੇਨ ਬਲੂ ਮਾਊਂਟੇਨ ਵੈਲਕਮ ਬੈਕ ਸਾਰਿਆਂ ਦਾ ਇਸ ਟਾਈਮ ਆਪਾਂ ਪਹੁੰਚ ਗਏ ਹਾਂ ਮਿਲੇਨੀਅਮ ਓਵਰਲੁੱਕ ਪਾਰਕ ਦੇ ਵਿੱਚ ਬਲੂ ਮਾਊਂਟੇਨ ਦੇ ਬਿਲਕੁਲ ਨਾਲ ਆ ਜੇ ਤੁਸੀਂ ਬਲੂ ਮਾਊਂਟੇਨ ਦੇਖਣਾ ਇਹ 'ਚ ਕਿਹੜੀ ਵੱਡੀ ਖਾਸੀਅਤ ਆ ਜਾਓ ਨਾਰਾਜ਼ ਨਹੀਂ ਹੋਣਾ ਤੁਸੀਂ ਕਿਉਂਕਿ ਤੁਸੀਂ ਮੇਰੇ ਵਲੌਗ ਦੇ ਵਿੱਚ ਆ ਜਾਓ ਜਲਦੀ ਉਹ ਜੋ ਤੁਸੀਂ ਮੇਰੇ ਪਿੱਛੇ ਦੇਖਣੇ ਨਾ ਉਹ ਹਸੀਨ ਵਾਦੀਆਂ ਉੱਧਰ ਦੇਖੋ ਜਿੱਦਾਂ ਹਿਮਾਲਿਆ ਦੇ ਪਰਬਤ ਹੁੰਦੇ ਆ ਪਰ ਹੈ ਨਹੀਂ ਇਹ ਬਲੂ ਮਾਊਂਟੇਨ ਹਿਮਾਲਿਆ ਦੇ ਪਰਬਤ ਨਹੀਂ ਆਏ ਜਿਹੜਾ ਬਲੂ ਮਾਊਂਟੇਨ ਵਿਲੇਜ ਆ ਉਹ ਦੇਖੋ ਮੇਰੇ ਪਿੱਛੇ ਉਹ ਸਾਰਾ ਬਲੂ ਮਾਊਂਟੇਨ ਵਿਲੇਜ ਆ ਉੱਥੇ ਆਪਾਂ ਜਾਣਾ ਵਾ ਨਾਈਟ ਟਾਈਮ ਕਿਉਂਕਿ ਆਪਾਂ ਉੱਥੇ ਦੇਖਣੀਆਂ ਵਾ ਸੋਹਣੀਆਂ ਸੋਹਣੀਆਂ ਲਾਈਟਾਂ ਪਰ ਇੱਥੇ ਦੀ ਸਾਰਿਆਂ ਨਾਲੋਂ ਵੱਡੀ ਜਿਹੜੀ ਖਾਸੀਅਤ ਆ ਅਤੇ ਵਧੀਆ ਸੋਹਣੀ ਘੈਂਟ ਖਾਸੀਅਤ ਮੈਨੂੰ ਲੱਗੀ ਆ ਜਿੱਦਾਂ ਜੰਨਤ ਨਹੀਂ ਹੁੰਦੀ ਜੰਨਤ ਪਹਾੜਾਂ ਦੇ ਪਹਾੜ ਦੇਖੋ ਉੱਪਰ ਆ ਪਰ ਜਿਹੜੇ ਬੱਦਲ ਆ ਉਹ ਥੱਲੇ ਆ ਇੰਨੇ ਸੋਹਣੇ ਲੱਗਣਦੇ ਨਾ ਇੰਨੇ ਸੋਹਣੇ ਉਹ ਮੇਰੇ ਖਿਆਲ ਨਾਲ ਬਲੂ ਮਾਊਂਟੇਨ ਦਾ ਸਭ ਨਾਲੋਂ ਘੈਂਟ ਰਿਜ਼ੋਰਟ ਉਹ ਆ ਰਿਜ਼ੋਰਟ ਕਹਿਣਗਾ ਇਹ ਰਿਜ਼ੋਰਟ ਉਹ ਆ ਇੰਨੀ ਸ਼ਾਂਤੀ ਆ ਇੱਥੇ ਆਈ ਕਾਂਟ ਐਕਸਪਲੇਨ ਆਈ ਕਾਂਟ ਸਟੇ ਟਿਊਨ ਜਲਦੀ ਜਲਦੀ ਮਿਲਦੇ ਹਾਂ ਜਲਦੀ ਜਲਦੀ ਅਤੇ ਇਹ ਹੈਗੀ ਆ ਯੂ ਨੋ ਔਲਰੇਡੀ ਆਈ ਲਵ ਅਬੰਡੈਂਟ ਪਲੇਸਿਸ ਇਹ ਵੀ ਇੱਕ ਮੇਰੇ ਖਿਆਲ ਅਬੰਡੈਂਟ ਪਲੇਸ ਆ ਕਿਉਂਕਿ ਉੱਤੋਂ ਖਿੜਕੀਆਂ ਅਤੇ ਵਗੈਰਾ ਟੁੱਟੀਆਂ ਵਾ ਇੱਥੇ ਸ਼ਿਪ ਰਿਪੇਅਰ ਹੁੰਦੇ ਸੀ ਜਿੱਦਾਂ ਆਪਣੀਆਂ ਗੱਡੀਆਂ ਦੀਆਂ ਰਿਪੇਅਰ ਸ਼ੋਪਾਂ ਹੁੰਦੀਆਂ ਵਾ ਉੱਦਾਂ ਜਦੋਂ ਕਿਤੇ ਕੋਈ ਡਿਫਾਲਟਰ ਸ਼ਿਪ ਹੁੰਦਾ ਸੀ ਉਹ ਇੱਥੇ ਰਿਪੇਅਰ ਹੁੰਦਾ ਜੇ ਮੇਰੇ ਤੋਂ ਕੋਈ ਉੱਡਣ ਵਾਲੀ ਸ਼ਕਤੀ ਹੁੰਦੀ ਨਾ ਮੈਂ ਉਹ ਬੱਦਲਾਂ ਵਿੱਚ ਜਾਣਾ ਸੀ ਸਿੱਧਾ ਜਦੋਂ ਸਵਰਗ ਹੁੰਦੇ ਵੈਲਕਮ ਸਾਰਿਆਂ ਦਾ ਪੁੱਜ ਗਿਆ ਬਲੂ ਮਾਊਂਟੇਨ ਵਿਲੇਜ ਦੇ ਵਿੱਚ ਹੁਣ ਤੁਹਾਨੂੰ ਮੈਂ ਇੱਥੋਂ ਦੀ ਦਿਖਾਉਣੀ ਆ ਕ੍ਰਿਸਮਸ ਕਿੱਦਾਂ ਦੀ ਹੁੰਦੀ ਆ ਕਿੱਦਾਂ ਲਾਈਟਿੰਗ ਆ ਇੱਥੇ ਇੰਨੀ ਵਧੀਆ ਡੈਕੋਰੇਸ਼ਨ ਕੀਤੀ ਆ ਬਲੌਗ ਐਂਡ ਤੱਕ ਜ਼ਰੂਰ ਦੇਖਿਓ ਅਤੇ ਅੱਜ ਤੁਹਾਨੂੰ ਮਸਾਲੀ ਕੱਲੀਆਂ ਕੱਲੀਆਂ ਲੈਟ Thank you.
ਕਾਫੀ ਗਾਈਜ਼ ਖਾਣ ਦਾ ਟਾਈਮ ਹੋ ਗਿਆ ਵਾ ਹੁਣ ਭੁੱਖ ਬਹੁਤ ਲੱਗੀ ਕਿਉਂਕਿ ਮੈਂ ਸਵੇਰ ਦਾ ਕੁਝ ਖਾਧਾ ਨਹੀਂ ਤਾਂ ਹੁਣ ਨੂੰ 4-5 ਮੀਲਾਂ ਅੰਦਰ ਚਲ ਜਾਂਦੀਆਂ ਵਾ ਫਾਇਰਹੋਲ ਪੀਜ਼ਾ ਤੋਂ ਟਰਾਈ ਕਰਦੇ ਹਾਂ ਅੱਜ ਅਤੇ ਫਿਰ ਤੁਹਾਨੂੰ ਰਿਵਿਊ ਦਿੰਦੇ ਹਾਂ ਕਿ ਕਿੱਦਾਂ ਦਾ ਫੂਡ ਆ ਅਤੇ ਅੱਜ ਮੇਰੇ ਨਾਲ ਨਾਲ ਪੂਰੇ 1.5 ਘੰਟੇ ਦੀ ਵੇਟ ਕੀਤੀ ਆ ਫਾਈਨਲੀ ਅੰਦਰ ਆ ਗਏ ਹਾਂ ਔਡਰ ਕਰਤਾ ਵਾ ਨਮਸਤੇ ਪੀਜ਼ਾ ਔਡਰ ਕੀਤਾ ਨਮਸਤੇ ਅਤੇ ਨਾਲ ਕੀਤੇ ਆ ਚਿਕਨ ਵਿੰਗਸ ਕਿਉਂਕਿ ਅੱਜ ਆਪਾਂ ਸੋਚਿਆ ਕੈਨੇਡੀਅਨ ਬਣ ਜਾਈਏ ਥੋੜ੍ਹਾ ਯੂ ਨੋ ਮਾਈ ਇੰਗਲਿਸ਼ ਚਲੋ ਛੱਡੋ ਤੁਸੀਂ ਗੱਲਾਂ ਬਾਤਾਂ ਭੁੱਖ ਬਹੁਤ ਲੱਗੀ ਹੈ ਵੇਟ ਕਰ ਰਹੇ ਹਾਂ ਜਦੋਂ ਆਊਗਾ ਫਿਰ ਤੁਹਾਨੂੰ ਦਿਖਾਊਂਗਾ ਸਭ ਨਾਲੋਂ ਗੰਦੀ ਗੱਲ ਮਾਊਂਟੇਨ ਇੱਥੇ ਦੀ ਬਲੂ ਮਾਊਂਟੇਨ ਦੀ ਪੰਜ ਇੰਡੀਆ ਦੀ ਯਾਦ ਦਵਾ ਤੀ ਅੱਜ ਅਤੇ ਯਾਦ ਆਈ ਵੀ ਕਿੱਦਾਂ ਬਾਹਰ ਇੰਨਾ ਚਿੱਕੜ ਆ ਨਾ ਬਰਫ਼ ਕਰਕੇ ਇੰਨਾ ਚਿੱਕੜ ਕੋਈ ਜਗ੍ਹਾ 'ਤੇ ਜਿੱਦਾਂ ਇੰਡੀਆ ਦੀਆਂ ਟੁੱਟੀਆਂ ਸੜਕਾਂ ਹੁੰਦੀਆਂ ਫੂਡ ਬਹੁਤ ਸਵਾਦ ਹੈ ਸਭ ਨਾਲ ਜਿਹੜੀ ਬੈਸਟ ਚੀਜ਼ ਸੀ ਉਹ ਉਹਨਾਂ ਦੀ ਗਾਰਲਿਕ ਡਿਪ ਖੁਦ ਬਣਾਉਂਦੇ ਆ ਇਸ ਕਰਕੇ ਜ਼ਿਆਦਾ ਕਹਿਣ ਓਕੇ ਰਿਪੋਰਟ ਮਿਲਦੇ ਹਾਂ ਆ ਜਾਓ ਅਸੀਂ ਚੱਲੇ ਜਿਹੜੇ